हाँ जी, सत श्री अकाल जी। की हाल चाल? आई होप तुसी सारे वधिया होवोंगे। वेलकम है थोड़ा जशन करम विच। ते हाँ जी, किवें हो जी सारे? और की हाल चाल सारेयां दा? अज इहने धक्के तों मैचिंग कराई आ, देखो। चल, स्वेट दा सूट पाया हुआ है, बाच पग बन्नी आ। सोहणा लग रिहा यार। हां, ताई नहीं, हवा चल रही है। मैं सोच रहा जी बाहर जान दा, बट मम्मी आपां गए होए आ ਬਾਜ਼ਾਰ। ਬਾਜ਼ਾਰ ਗਏ? ਚਲੋ ਬਾਜ਼ਾਰ ਗਏ ਹੋਏ ਆ, ਮੰਨ ਲਓ। ਆਪਾਂ ਦੋਨੋਂ ਸੀਗੇ ਘਰੇ। ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹਾਂਗੀ, ਜਿਹੜੇ ਸਾਡੇ ਚੈਨਲ ਤੇ ਨਵੇਂ ਨੇ, ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਆਨ ਕਰ ਲਿਓ, ਤੇ ਪਿਛਲੀ ਵੀਡੀਓ ਸਾਰੀ ਵਾਚ ਕਰੋ ਜਿਨੇ ਨਹੀਂ ਕਰੀ ਹੋਈ। ਠੀਕ ਹੈ, ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਆਪਣਾ। ਤਾਂ ਕਿਵੇਂ ਲੱਗ ਰਹੇ ਆ ਸਾਡੇ ਵਲੌਗ? ਠੀਕ ਹੈ, ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਵਾਚ ਕੀਤੀ ਕਮੈਂਟ ਜ਼ਰੂਰ ਕਰਿਆ ਕਰੋ। ਅੱਜ ਹੋ ਰਿਹਾ ਸੀ ਮੈਂ ਬੋਰ, ਮੈਂ ਸੋਚਿਆ ਸੀਗਾ ਬਾਹਰ ਜਾ ਕੇ ਬਣਾਉਂਗੇ ਵੀਡੀਓ, ਬਟ ਬਾਈ ਚਾਂਸ ਮੰਮੀ ਆਪਾਂ ਨੂੰ ਜਾਣਾ ਪੈ ਗਿਆ ਬਾਹਰ, ਇਸ ਕਰਕੇ ਅਸੀਂ ਬਣਾਉਂਗੇ ਅੱਜ ਘਰੇ ਵਲੌਗ। ਵਲੌਗ ਤਾਂ ਅਸੀਂ ਸੋਚਿਆ ਹੈ ਕਿ ਅਸੀਂ ਅੱਜ ਖੇਡੂਗੇ ਚੈਲੰਜ। ਠੀਕ ਹੈ, ਕਿਉਂਕਿ ਅਸੀਂ ਜਦੋਂ ਦਾ ਵਲੌਗ ਬਣਾਉਣਾ ਸਟਾਰਟ ਕਰੇ ਆ ਉਦੋਂ ਦਾ ਕੋਈ ਚੈਲੰਜ ਨਹੀਂ ਖੇਲਿਆ, ਅੱਜ ਅਸੀਂ ਖੇਲੂਗੇ ਚੈਲੰਜ। ਚੈਲੰਜ ਕੀ ਹੋਊਗਾ, ਕਰਮ ਦੱਸੂਗੀ ਉਹਦੇ ਬਾਰੇ। ਚੈਲੰਜ ਹੋਊਗਾ, ਅਸੀਂ ਇੰਟਰਸਟਿੰਗ ਕੁਐਸਚਨ ਪੁੱਟ ਕਰਾਂਗੇ ਇੱਕ ਦੂਜੇ ਨੂੰ, ਤੇ ਆਪਾਂ ਦੇਖਾਂਗੇ ਸਭ ਤੋਂ ਜ਼ਿਆਦਾ। ਸਾਰੇ ਨਹੀਂ, ਤੇਰੇ ਕੁਐਸਚਨ ਆਪਣੇ ਆਉਂਗੇ, ਮੇਰੇ ਆਪਣੇ ਆਉਂਗੇ। ਠੀਕ ਆ, ਤੇ ਚਲੋ ਠੀਕ ਆ। ਠੀਕ ਆ, ਤੇ ਤੁਸੀਂ ਸੋਚੇ ਹੋਏ ਹੋਣੇ, ਮੈਂ ਪੂਰੇ ਬਣਾਏ ਹੋਏ ਆ ਕੁਐਸਚਨ। ਠੀਕ ਆ, ਕਿਉਂਕਿ ਉਹਨਾਂ 'ਚ ਕੋਈ ਕੁਐਸਚਨ ਇਹੋ ਜਿਹੇ ਨੇ ਜਿਹੜੇ ਮੈਂ ਖੁਦ ਵੀ ਪੁੱਛਣਾ ਚਾਹੁੰਦਾ, ਬਟ ਮੈਂ ਪੁੱਛ ਨਹੀਂ ਪਾਇਆ ਤੁਹਾਡੇ ਥਰੂ। ਠੀਕ ਹੈ, ਮੈਂ ਇਹਨੂੰ ਕੁਐਸਚਨ ਪੁੱਟ ਕਰਾਂਗਾ। ਮੇਰੇ ਕੁਐਸਚਨ ਵੀ ਹੈਗੇ ਨੇ ਜੇ ਬਹੁਤ। हां चलो देखते हैं, तैनू तैयार करने पाऊंगे, मैं सोच के रेडी करके रखूंगा। मेरे तैयार हुए भी थोड़े तो बेटर होने आ। चलो देखते हैं, हुन चलते हैं असी चैलेंज वाल। ते आ जाओ, तुसी थानू दिखाने आ चैलेंज। मैं रेडी करी हुई। ठीक है, तुसी मेनू एदे विचो पूछ के क्वेश्चन करने है। यस, देख के आ क्वेश्चन एजे ने ना, एजे ने नाले साडे व्यूअर्स नु मजा आ जाऊगा भी क्वेश्चन पुट के एजे करे। अपना थोड़ा माइंड काम नहीं करदा? मेरा ही काम करया होया, मैं ही लिखया होया, थोड़े याद नहीं रहंदा। ठीक है जी, फर्स्ट राउंड स्टार्ट करिए। ਤੁਸੀਂ ਰੇਡੀਓ ਆਨਸਰ ਦੇਣ ਲਈ ਪਹਿਲਾਂ ਗੀਤਾ ਤੇ ਹੱਥ ਰੱਖੋ ਵੀ ਜੋ ਵੀ ਕਹੋਗੇ ਸੱਚ ਕਹੋਗੇ, ਸੱਤ ਤੇ ਸਿਵਾ ਕੁਝ ਨਹੀਂ ਕਹੋਗੇ। ਓਕੇ, ਚਲੋ ਜੀ ਫਿਰ ਕਰਦੇ ਆ ਸਟਾਰਟ। ਪਹਿਲਾ ਰਾਉਂਡ ਹੈ ਸਾਡਾ ਰੈਪਿਡ ਫਾਇਰ ਰਾਉਂਡ। ਨੰਬਰ ਫਰਸਟ ਰੈਪਿਡ ਫਾਇਰ ਰਾਉਂਡ। ਓਕੇ, ਇਹਦੇ ਚ ਕੀ ਹੁੰਦਾ, ਤੁਸੀਂ ਦੇਣਾ ਆ ਮਿੰਟੋ ਮਿੰਟੋ ਸਕਿੰਟੀ ਆਨਸਰ, ਜ਼ਿਆਦਾ ਸੋਚਣਾ ਨਹੀਂ ਹੈਗਾ। ਪਹਿਲਾ ਕੁਐਸਚਨ ਮੈਂ ਤੁਹਾਡੇ ਤੋਂ ਪੁੱਟ ਕਰਦਾ। ਓਕੇ, ਠੀਕ ਹੈ। ਜੇ ਤੁਹਾਡਾ ਨਾਮ ਕਰਮ ਨਾ ਹੁੰਦਾ। ਓਕੇ, ਠੀਕ ਹੈ, ਉਹ ਕਿਹੜਾ ਨਾਮ ਹੈ ਜੇ ਜਿਹੜਾ ਤੁਸੀਂ ਸੋਚਦੇ ਹੋ ਵੀ ਜੇ ਕਰਮ ਨਾ ਹੁੰਦਾ ਤਾਂ ਕੀ ਹੁੰਦਾ? ਤੇ ਫਿਲਹਾਲ ਤਾਂ ਵੈਸੇ ਤੁਹਾਨੂੰ ਪਤਾ ਹੈ, ਮੈਂ ਜਿਹਨਾਂ ਨੂੰ ਨਹੀਂ ਪਤਾ ਹੈਗਾ, ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਮੇਰਾ ਨਾਮ ਕਿਰਨਜੀਤ ਕੌਰ ਸੋਤਾ ਸੰਧੀ ਮੇਰਾ ਬੋਤ ਹੈ। ਸੋ ਕਿਰਨਜੀਤ ਕੌਰ ਸੀਗਾ ਮੇਰਾ ਬਚਪਨ ਤੋਂ ਲੈ ਕੇ ਨਾਮ, ਬਟ ਮੇਰਾ ਭਰਾ ਮੈਨੂੰ ਗਿੰਨੀ ਨਾਮ ਤੋਂ ਬੁਲਾਉਂਦਾ ਸੀਗਾ, ਤੇ ਕਈ ਮੈਨੂੰ ਸਕੂਲ ਦੇ ਵਿੱਚ ਕਿਰਨ ਨਾਮ ਤੋਂ ਬੁਲਾਉਂਦੇ ਸੀਗੇ, ਤੇ ਹੁਣ ਵਿਆਹ ਤੋਂ ਬਾਅਦ ਜਦੋਂ ਇਹ ਮਿਲੇ ਸੀਗੇ ਤਾਂ ਇਹਨਾਂ ਨੇ ਮੇਰਾ ਨਾਮ ਕੱਟ ਕੇ ਕਰਮ ਰੱਖਤਾ ਸੀਗਾ, ਜੋ ਮੈਨੂੰ ਪਸੰਦ ਹੈ ਕਰਮ, ਮੈਂ ਚਾਹੁੰਦੀ ਹਾਂ ਵੀ ਹਾਂ ਕਰਮ ਕੱਟ ਕੇ ਨਹੀਂ ਰੱਖਿਆ, ਉਦਾਂ ਰੱਖਿਆ। ਹਾਂ, ਜੋ ਵੀ ਹੈ, ਹੁਣ ਮੈਨੂੰ ਇਸ ਫੈਮਿਲੀ ਦੇ ਵਿੱਚ ਕਈ ਮੰਮੀ ਕਿਰਨਜੀਤ ਹੀ ਕਹਿੰਦੇ ਮੋਸਟਲੀ, ਤੇ ਦੀਦੀ ਹੁਣ ਮੈਨੂੰ ਕਰਮ ਤੇ ਕਾਫੀ ਕਰਮ ਕਹਿੰਦੇ ਆ, ਕਈ ਕਿਰਨ ਨਾਮ ਤੋਂ ਬੁਲਾਉਂਦੇ ਆ, ਬਟ ਮੈਂ ਜੇ ਦੱਸਾਂ ਤੁਹਾਨੂੰ ਬਚਪਨ ਦੇ ਵਿੱਚ, ਹੁਣ ਤਾਂ ਮੇਰੇ ਇੰਨਾ ਕੁਛ ਯਾਦ ਨਹੀਂ ਹੈਗਾ, ਬਟ ਬਚਪਨ ਦੇ ਵਿੱਚ ਐ ਹੁੰਦਾ ਸੀਗਾ ਇੱਕ ਹਰਮਨ ਨਾਮ ਬੜਾ ਚੱਲਿਆ ਸੀਗਾ, ਮਤਲਬ ਕਿ ਪਿਆਰਾ ਲੱਗਦਾ ਸੀਗਾ ਮੈਨੂੰ ਬਹੁਤ, ਤੇ ਮੈਂ ਚਾਹੁੰਦੀ ਸੀ ਕਿ ਮੇਰਾ ਨਾਮ ਹਰਮਨ ਹੋਣਾ ਚਾਹੀਦਾ ਸੀ, ਜੋ ਵੀ ਹੈ। ਤੇ ਮੈਨੂੰ ਹੈਗਾ ਸੀਗਾ ਕਿ ਹਰਮਨ ਬਚਪਨ ਛੋਟੇ ਹੁੰਦੇ ਸੀਗਾ ਵੀ ਹਰਮਨ। ਅੱਛਾ ਜੀ, ਮਤਲਬ ਮੇਰਾ ਨਾਮ ਚੋਰੀ ਕਰਨਾ ਚਾਹੁੰਦੇ ਹੋ ਤੁਸੀਂ? ਮੈਨੂੰ ਨਹੀਂ ਪਤਾ ਸੀ ਉਸ ਟਾਈਮ। ਚਲੋ, ਮੁੱਕ ਦੀ ਗੱਲ ਇਹ ਹੈ ਵੀ ਇਹਨੂੰ ਮੇਰਾ ਨਾਮ ਪਸੰਦ ਹੈ ਫੇਸਬੁੱਕ ਵਾਲਾ। ਮੈਨੂੰ ਹਰਮਨ ਪਸੰਦ ਸੀਗਾ ਪਹਿਲਾਂ, ਬਟ ਹੁਣ ਮੈਂ ਕਰਮ ਨਾਮ ਤੋਂ ਖੁਸ਼ ਹਾਂ। ਠੀਕ ਹੈ ਜੀ, ਨੈਕਸਟ ਕੁਐਸਚਨ ਵੱਲ ਚਲੀਏ। ਓਕੇ ਜੀ, ਸੇਮ ਕੁਐਸਚਨ ਮੈਂ ਤੁਹਾਨੂੰ ਪੁੱਛ ਕਰਾਂ, ਜੇ ਤੁਹਾਡਾ ਨਾਮ ਜਸ਼ਨ ਨਾ ਹੁੰਦਾ ਤੁਸੀਂ ਕਿਹੜਾ ਨਾਮ ਹੈ ਜੋ ਤੁਸੀਂ ਰੱਖਣਾ ਚਾਹੁੰਦੇ ਸੀ? ਮੈਂ ਹਰਮਨ ਰੱਖਣਾ ਚਾਹੁੰਦਾ ਜੀ, ਇਸ ਲਈ ਮੈਂ ਨਾ ਆਪਣਾ ਫੇਸਬੁੱਕ ਤੇ ਨਾਮ ਹਰਮਨ ਰੱਖਿਆ ਹੈ। ਤੁਹਾਡਾ ਫੇਵਰੇਟ ਸੌਂਗ ਕਿਹੜਾ ਆ? ਸਿੰਗਰ ਕਿਹੜਾ ਆ? ਵੈਸੇ ਮੈਂ ਤੁਹਾਨੂੰ ਜੇ ਦੱਸਾਂ, ਸੌਂਗ ਲਾ ਲਓ, ਸਿੰਗਰ ਲਾ ਲਓ, ਮੇਰਾ ਸ਼ੁਰੂ ਤੋਂ ਲੈ ਕੇ ਹੁੰਦਾ ਗਿੱਪੀ ਗਰੇਵਾਲ ਮੇਰਾ ਬੈਸਟ ਆਫ ਬੈਸਟ ਵਨ ਸੀਗਾ। ਹਾਏ, ਮੈਂ ਚੱਲੀ ਸੀਗੀ ਗਿੱਪੀ ਗਰੇਵਾਲ ਪਿੱਛੇ, ਕੋਈ ਕੰਮ ਕਰਦੀ ਗਿੱਪੀ ਗਰੇਵਾਲ ਦਾ ਸੌਂਗ ਆਇਆ, ਛੱਡ ਕੇ ਕੰਮ ਜਦੀ ਟੀਵੀ ਵੱਲ ਦੇਖ ਕੇ ਉਹਨੂੰ ਟੀਵੀ ਦੇ ਇੰਨੇ ਨੇੜੇ ਜਾ ਕੇ ਬੈਠ ਕੇ ਦੇਖਦੀ ਸੀਗੀ। ਇਹਦਾ ਬਚਪਨ ਦਾ ਮੇਲ ਸਿੰਗਰ ਕ੍ਰਸ਼
ਤੇ ਗਿੱਪੀ ਗਰੇਵਾਲ ਸੀਗਾ ਤੇ ਹੁਣ ਤੱਕ ਮਤਲਬ ਕਿ ਪਲੱਸ 2 ਤੱਕ ਵੀ ਉਹੀ ਰਿਹਾ ਹੈ ਗਿੱਪੀ ਗਰੇਵਾਲ ਦੀ ਕੋਈ ਵੀ ਮੂਵੀ ਆਣੀ ਉਹ ਵੀ ਵਾਚ ਕਰ ਲਈ ਤੇ ਉਹਦੇ ਕੱਲੀ ਕੱਲੀ ਮੂਵੀ ਦੇ ਗਾਣੇ ਰੱਟੇ ਹੋਏ ਸਾਰੇ ਸੌਂਗ ਦੇ ਉਹਦੀ ਇੱਕ ਮੂਵੀ ਦੇ ਵਿੱਚ ਕਿਹੜੇ ਗਾਣੇ ਹੋ ਬਟ ਉਸ ਤੋਂ ਬਾਅਦ ਪਲੱਸ 2 ਤੋਂ ਬਾਅਦ ਥੋੜੀ ਲਾਈਫ ਕਾਲਜ ਸਕੂਲ ਵਗੈਰਾ ਛੱਡਿਆ ਚੇਂਜ ਹੋ ਜਾਂਦਾ ਥੋੜੀ ਬੀਜ਼ੀ ਹੋ ਗਈ ਲਾਈਫ ਤੇ ਗਿੱਪੀ ਗਰੇਵਾਲ ਕਿੱਥੇ ਮੈਨੂੰ ਤਾਂ ਯਾਦ ਵੀ ਨਹੀਂ ਸੀਗਾ ਕਿੱਥੇ ਆ ਬਟ ਮੈਂ ਮੇਰੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਮੈਂ ਵੇਖਿਆ 2-3 ਸਾਲ ਸਕੂਲ ਟਾਈਮ ਤੋਂ ਬਾਅਦ ਸਟਰਗਲ ਹੀ ਸਟਰਗਲ ਵੇਖਿਆ ਮੈਂ 3 ਸਾਲ 4-5 ਸਾਲ ਤੇ ਮੁੱਕਦੀ ਗੱਲ ਇਹ ਹੈ ਕਿ ਹੁਣ ਮੈਨੂੰ ਗਿੱਪੀ ਗਰੇਵਾਲ ਪਸੰਦ ਹੈ ਬਟ ਹੁਣ ਮੈਨੂੰ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਮੇਰੇ ਬੈਸਟ ਹੈ ਤੇ ਮੇਰੀ ਕੋਈ ਬੜਾ ਵਧੀਆ ਲੱਗਦਾ ਆ ਕਰੋਲਾ ਮਾਨ ਇਹਨਾਂ ਦੀ ਲਿਸਟ 'ਚ ਪਹਿਲੇ 3 ਨਾਮ ਇਹ ਨੇ ਸਿੰਗਰ ਦੇ ਜਿਹੜੇ ਇਹਨਾਂ ਨੂੰ ਪਸੰਦ ਨੇ ਠੀਕ ਹੈ ਤੁਸੀਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਕਿਉਂਕਿ ਇਹਦੇ ਬਹੁਤ ਰਾਜ਼ ਖੁੱਲੇ ਨੇ ਦਿਲ ਵਾਲੇ ਅਸੀਂ ਚਲੀਏ ਥਰਡ ਕੁਐਸਚਨ ਫੇਵਰੇਟ ਮੇਲ ਐਕਟਰ ਜਾਂ ਫੀਮੇਲ ਦੋਨਾਂ 'ਚ ਕੋਈ ਵੀ ਇੱਕ ਡ੍ਰੀਮ ਜਿਹੜਾ ਅਨਫੋਰਚੂਨੇਟਲੀ ਪੂਰਾ ਨਹੀਂ ਹੋ ਪਾਇਆ ਕਿਸੇ ਵਜ੍ਹਾ ਤੋਂ ਤੇ ਉਹਦੀ ਵਜ੍ਹਾ ਵੀ ਅਨਫੋਰਚੁਨੇਟਲੀ ਕਿ ਮੇਰਾ ਉਹਦੇ ਵਿੱਚ ਨੰਬਰ ਨਹੀਂ ਆਇਆ ਬਿਕੋਜ ਮੇਰਾ ਥੋੜ੍ਹਾ ਸਰਟੀਫਿਕੇਟ ਸੀਗਾ ਥੋੜ੍ਹੀ ਪ੍ਰੋਬਲਮ ਆ ਗਈ ਸੀਗੀ ਅਤੇ ਮੇਰੇ ਨੰਬਰ ਨਹੀਂ ਆਏ ਸੀਗੇ ਅਤੇ ਮੈਨੂੰ ਇੰਨੀ ਰੋਣੀ ਆਈ ਸੀਗੀ ਉਹ ਮੈਨੂੰ ਬੜਾ ਅੱਜ ਵੀ ਮੈਨੂੰ ਬੜਾ ਦੁੱਖ ਹੈਗੇ ਯਾਰ ਇਹਦਾ ਡ੍ਰੀਮ ਨਹੀਂ ਪੂਰਾ ਹੋ ਪਾਇਆ ਹਾਂ ਮੇਰਾ ਬੜਾ ਡ੍ਰੀਮ ਸੀਗਾ ਓਕੇ ਸੀਰੀਅਸ ਹੋ ਗਈ ਤੁਹਾਡੀ ਵੀਡੀਓ ਥੋੜਾ ਕੀ ਡ੍ਰੀਮ ਸੀਗਾ ਮੈਂ ਕਦੇ ਡ੍ਰੀਮ ਸੋਚਿਆ ਹੀ ਨਹੀਂ ਹੈਗਾ ਤਾਂ ਹੀ ਤਾਂ ਲੈ ਥੋੜਾ ਨਹੀਂ ਮੈਂ ਸੱਚੀ ਨਹੀਂ ਸੋਚਿਆ ਹੈਗਾ ਕੋਈ ਮਤਲਬ ਅੱਜ ਤੱਕ ਕਰੇਜ਼ ਕਿਸੇ ਗੱਲ ਦਾ ਹੋਇਆ ਨਹੀਂ ਵੀ ਮੈਂ ਆਹ ਬਣਾ ਮਤਲਬ ਅਸੀਂ ਪੂਰੀ ਲਾਈਫ ਇੰਜੋਏ ਕਰੀ ਆ ਮੈਂ ਕਦੇ ਨਹੀਂ ਸੋਚਿਆ ਵੀ ਅੱਗੇ ਕੀ ਹੋਣਾ ਆ ਕੀ ਕਰਨਾ ਆ ਕੋਈ ਨਹੀਂ ਜਿਹੜਾ ਬੰਦਾ ਮਾਰ ਖਾਂਦਾ ਆ ਜਿਹੜਾ ਪਲ ਮਿਲਿਆ ਉਹਨੂੰ ਇੰਜੋਏ ਕੀਤਾ ਆ ਤੁਹਾਡਾ ਕੋਈ ਡ੍ਰੀਮ ਚੱਜ ਨਾਲ ਸੁਣੇ ਕੁਐਸਚਨ ਸੀ ਮਾਰ ਗਿਆ ਤੁਹਾਡੀ ਤੁਸੀਂ ਅੰਦਰ ਜਾਣਦੇ ਹੋਣੇ ਤਾਂ ਹੀ ਆਂਸਰ ਨਹੀਂ ਨਹੀਂ ਐਜਾ ਨਹੀਂ ਹੈਗਾ ਕੋਈ ਕੁਐਸਚਨ ਧਿਆਨ ਨਾਲ ਸੁਣਿਓ ਕੋਈ ਤੁਹਾਡਾ ਇੱਕ ਡ੍ਰੀਮ ਜਿਹੜਾ ਪੂਰਾ ਹੋ ਗਿਆ ਬਟ ਤੁਸੀਂ ਹੁਣ ਚਾਹੁੰਦੇ ਹੋ ਵੀ ਕਾਸ਼ ਉਹ ਪੂਰਾ ਨਾ ਹੁੰਦਾ ਮੇਰਾ ਸੁਪ ਲਾਈਕ ਇਹ ਵੀ ਸੀਗਾ ਕਿ ਇਹਨਾਂ ਨਾਲ ਮੇਰੀ ਮੈਰਿਜ ਸਮਥਿੰਗ ਤੁਹਾਨੂੰ ਮੈਂ ਦੱਸਦੀ ਹਾਂ ਕਿ ਆਪਾਂ ਸਾਡੀ ਲਵ ਮੈਰਿਜ ਹੈਗੀ ਆ ਅਤੇ ਮੈਨੂੰ ਆਹ ਵੀ ਡ੍ਰੀਮ ਸੀਗਾ ਕਿ ਚਲੋ ਇੱਕ ਡ੍ਰੀਮ ਤਾਂ ਮੇਰਾ ਪੂਰਾ ਨਹੀਂ ਹੋ ਪਾਇਆ ਅਤੇ ਮੇਰਾ ਦੂਜਾ ਡ੍ਰੀਮ ਇਹ ਸੀਗਾ ਜਿਹੜਾ ਪੂਰਾ ਹੋ ਗਿਆ ਆਹ ਡ੍ਰੀਮ ਸੀਗਾ ਕਿ ਇਹਨਾਂ ਨਾਲ ਮੇਰੀ ਮੈਰਿਜ ਹੋ ਜਾਏ ਅਤੇ ਉਹ ਮੇਰੀ ਮੈਰਿਜ ਹੋ ਗਈ ਨਹੀਂ ਇੱਦਾਂ ਕੁਛ ਨਹੀਂ ਤੇ ਮਤਲਬ ਕਿ ਤੁਸੀਂ ਕੁਐਸਚਨ ਇਹ ਵੀ ਪੁੱਛ ਲਿਆ ਵੀ ਤੁਹਾਡਾ ਸੁਪਨਾ ਜਿਹੜਾ ਪੂਰਾ ਹੋ ਗਿਆ ਤੇ ਉਹ ਹੋ ਗਿਆ ਚਲ ਤੁਸੀਂ ਤੁਹਾਡੇ ਨਾਲ ਮੈਰਿਜ ਸੀ ਬਟ ਤੁਸੀਂ ਚਾਹੁੰਦੇ ਹੋ ਵੀ ਉਹ ਕਾਸ਼ ਨਾ ਹੀ ਹੁੰਦਾ ਪੂਰਾ ਮੈਂ ਆਹ ਪੁੱਛਿਆ ਹੈ ਪ੍ਰੋਬਲਮ ਆ ਗਈ ਨਹੀਂ ਉਦਾਂ ਮੈਨੂੰ ਇਦਾਂ ਲੱਗਦਾ ਨਹੀਂ ਹੈ ਕਾਸ਼ ਨਾ ਪੂਰਾ ਹੁੰਦਾ ਬਟ ਕਦੇ ਕਦੇ ਜਦੋਂ ਤੁਸੀਂ ਮੇਰੀ ਮਤਲਬ ਕਿ ਕਹਿਣਾ ਨਹੀਂ ਮੰਨਦੇ ਜਾਂ ਮੈਨੂੰ ਥੋੜਾ ਹਟ ਕਰਦੇ ਉਦੋਂ ਮੈਨੂੰ ਹੁੰਦਾ ਕਾਸ਼ ਨਾ ਹੀ ਪੂਰਾ ਤਾਂ ਹੀ ਮੇਰੀ ਇੰਡੀਆ ਸੀ ਆਈ ਸੀ ਸੋਰੀ ਬਟ ਮੈਨੂੰ ਪਸੰਦ ਆ ਮੇਰਾ ਕਿਊਟੀ ਪਾਈ ਹੁਣ ਤਾਂ ਦੇ ਦੇ ਆਨਸਰ ਹੁਣ ਕਿਆ ਹੁਣ ਜੋ ਮਰਜ਼ੀ ਮਸ ਕੇ ਲਾਈ ਜਾਓ ਉਹ ਇੱਕ ਕੰਮ ਜਿਹੜਾ ਤੁਸੀਂ ਕਰਨਾ ਚਾਹੁੰਦੇ ਸੀ ਬਟ ਮੇਰੇ ਕਰਕੇ ਜਾਂ ਕਿਸੇ ਹੋਰ ਕਰਕੇ ਤੁਸੀਂ ਨਹੀਂ ਕਰ ਪਾਏ ਜਾਂ ਨਹੀਂ ਕਰ ਪਾ ਰਹੇ
लत मार दिया कि ये बंदा ये सोचते ओ जो मर्जी कहते नहीं है हाथी चलिया बाजार दे विच पिछे कुत्ते भौंकते रहने ते मैं अपने हाथी वाली चाल जारी रखनी है ते रखी है हुण तक कुत्ते भौंकदे भौंकी जान दो क्योंकि हाथी नूं किसे दी परवाह नहीं हुंदी ओह गली दे विच मस्त चाल नाल लंघदे ते कुत्ते भौंकदे भौंकी जांदे ते बट मेरा क्वेश्चन मैनूं लगदा सीगा कि मैं मैंने मॉडलिंग का ही बड़ा शौक सीगा बट जो पूरा नहीं हो सकता फैमिली ला कर क्योंकि फैमिली नूं नहीं पसंद ते हुण जे मैं थोड़े नाल ही सिक्कर दी वार गल कीती है ते तुसीं मैनूं मना कर दिंदे हो और इन्ना जरूरी नहीं हैगा बट शौक है मेरा। जे थोड़े कोल कोई स्पैशल पावर होंदी ओह केड़ी पावर होंदी जिहड़ी तुसीं चाहुंदे हो वी स्पैशल पावरां चो कोई भी इक पावर थोड़े कोल होंदी ते ओह पावर तों तुसीं केड़ा इक कम करना चाहुंदे हो इक कम दस्सो। वैसे मैं ये जी कोई मेरे को जे पर्सनली पावर हुंदी ना कोई पावर ला लो ए नहीं जरूरी है कि भी शक्ति हाँ, होनी होना कोई भी पावर ला लो पर्सनल पावर हुंदी ओ केडी पावर हुंदी ते मैं सब तो पहला मतलब कि सॉरी मैं नो करियो कि मैं थोड़ा ही ज्यादा डीपली जा रही हां जे मैं हुन पर्सनली इस टाइम जो मेरे माइंड विच फील हो रहा कि जे मेरे को कोई पर्सनल पावर होवे आ वीडियो इसी गल ते है थोड़े अंदर दी गल्ला कटनी है सी बाहर जे मेरे को हुन पर्सनल पावर होवे कि मेनू पावर मिले तो एक काम कर ला इम्पोसिबल काम भी तू कर ला ते मैं सब तो पहला अपनी लाइफ दे विच अपने भरा नूं लेके आवां ते आ मेरा हैगा है कि मैं उन्हें अपनी लाइफ दे विच वापस लेके आवां ते होप करना कि जिद्दां दा भी सीगा मतलब कि मेरा सीगा मतलब कि मेरे को आ पावर होवे कि मैं अपने भरा नूं अपनी लाइफ दे विच वापस ले आवां सो मैं आ यूज करना चाहूंगी। कईआं नूं पता होना या कईआं नूं नहीं भी पता होना कोई अननोन भी देख रहे होने सानूं या जिहड़े जानदे होने कि इन्हां दा ब्रदर एक्सपायर हो गया सीगा ए मैं चाहवांगी कि मैं ओना नु ते अपने दादा जी भी ओना नु मैं बहुत प्यार करदी सी बहुत क्लोज इहदे दिल दे करीब सीगा बहुत ज्यादा ते मैं चाहवांगी मैं दो पर्सनां नु अपनी लाइफ दे विच दोबारा लेके आवां ते इक पावर जे मैनूं आवे मिले कि मैं अपनी लाइफ दे विच हमेशा नाल रखना चाहवांगी कुछ भी ओ ना होवे तां अपने मम्मी डैडी ते तुसी कि बस आ तीन जने मेरे जान तो पहला ना जान मैं ना तो पहला चली जावा बट मेरे सामने ना जान मैं नहीं देख सकती नहीं बर्दाश्त कर सकती। तो ओके तो आ वीडियो थोड़ी जी सीरियस होगी बट बने रहो वीडियो के नाल अगे बहुत इंटरेस्टिंग क्वेश्चन आने वाले ने ब्रेक लिए। कोई एक गिफ्ट मैं थोनू देवा ओ तुसी की जानते हो भी गिफ्ट की होवे बाजार तो लेके आ रहे हैं तुसी चाहंदे हो कि ओ गिफ्ट होए डायमंड ਨਹੀਂ ਮੈਨੂੰ ਡਾਇਮੰਡ ਦਾ ਕੋਈ ਸ਼ੌਂਕ ਨਹੀਂ ਹੈਗਾ ਮੈਂ ਗੋਲਡ ਦੇ ਵਿੱਚ ਖੁਸ਼ ਹਾਂ ਬਸ ਰਿੰਗ ਹੋਣੀ ਚਾਹੀਦੀ ਚਲੋ ਐਦਾਂ ਤਾਂ ਕੁਛ ਨਹੀਂ ਹੈਗਾ ਚਲੋ ਆ ਕੁਐਸਚਨ ਜੇ ਮਜ਼ਾ ਨਹੀਂ ਆਇਆ ਵੀਰੋ ਤੁਹਾਨੂੰ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਕੁਐਸਚਨ ਪੁੱਛ ਰਹੇ ਹਾਂ ਥੋੜਾ ਸੀਰੀਅਸ ਓਕੇ ਠੀਕ ਹੈ ਅੰਤਰ ਸੀਰੀਅਸ ਵੀ ਦਿਓ ਮਜ਼ਾਕ 'ਚ ਨਾ ਦਿਓ ਮੰਨ ਲਓ ਰੱਬ ਨਾ ਕਰੇ ਤੁਹਾਨੂੰ ਕਦੇ ਪੁਲਿਸ ਫੜਨ ਆ ਜਾਏ ਘਰੇ ਅਤੇ ਘਰੇ ਕੋਈ ਨਾ ਹੋਵੇ ਸੋਚ ਕੇ ਦਿਓ ਅੰਤਰ ਘਰੇ ਕੋਈ ਨਾ ਹੋਵੇ ਅਤੇ ਉਹ ਪਹਿਲੇ ਤਿੰਨ ਨਾਮ ਜਿਹਨੂੰ ਤੁਸੀਂ ਫੋਨ ਕਰੋਗੇ ਬਟ ਰੈਂਕ ਵਾਈਜ਼ ਦੱਸਿਓ ਵੀ ਪਹਿਲਾਂ ਕਿਹਨੂੰ ਕਰੋਗੇ ਦੂਜੀ ਵਾਰ ਕਿਹਨੂੰ ਕਰੋਗੇ ਤੀਸਰੀ ਵਾਰ ਕਿਹਨੂੰ ਕਰੋਗੇ। ਪਹਿਲੀ ਗੱਲ ਤਾਂ ਜੇ ਕਦੇ ਪੁਲਿਸ ਆ ਜਾਂਦੀ ਹੈ ਮੈਂ ਪੁਲਿਸ ਤੋਂ ਕਦੇ ਵੀ ਨਹੀਂ ਡਰਦੀ ਹੈ ਮਤਲਬ ਕਿ ਕੌਨਫੀਡੈਂਟ ਨਾਲ ਗੱਲ ਕਰਦੀ ਹੈ ਉਹਨਾਂ ਨਾਲ ਕਈ ਵਾਰ ਹੋ ਜਾਂਦਾ ਸਡਨਲੀ ਮਤਲਬ ਕਿ ਬੰਦਾ ਡਰ ਵੀ ਜਾਂਦਾ ਆ ਬਟ ਵੈਸੇ ਨਾ ਕੌਨਫੀਡੈਂਟਲੀ ਗੱਲ ਕਰ ਲੈਂਦੀ ਹੈ ਹਰ ਇੱਕ ਪਰਸਨ ਨਾਲ ਡਾਕਟਰ ਹੋਵੇ ਕੋਈ ਵੀ ਹੋਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਬਟ ਹਾਂ ਜੇ ਸਡਨਲੀ ਇਹੋ ਜਿਹੀ ਸਿਚੁਏਸ਼ਨ ਆ ਜਾਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾ ਫੋਨ ਤਾਂ ਤੁਹਾਨੂੰ ਹੀ ਜਾਣਾ ਹੈ ਮੇਰਾ ਠੀਕ ਹੈ ਸੈਕਿੰਡ ਕਰਮ ਅੰਕਲ ਹੀ ਹੋ ਸਕਦੇ ਆ ਸੈਕਿੰਡ ਨੰਬਰ ਕਿਉਂਕਿ ਉਹ ਵੀ ਮਤਲਬ ਕਿ ਮੇਰੀ ਹੈਲਪ ਬਹੁਤ ਕਰਦੇ ਆ ਤੇ ਥਰਡ ਨੰਬਰ ਮਾਮਾ ਜੀ ਉਹਨਾਂ ਤੋਂ ਹੋ ਸਕਦਾ ਹੈ ਫੁੱਫਾ ਜੀ ਉਹਨਾਂ ਦੇ ਵਿੱਚੋਂ ਰੈਪਿਡ ਫਾਇਰ ਰਾਉਂਡ ਸਾਡਾ ਇੱਥੇ ਖਤਮ ਹੋ
जरूर करो ठीक है। किसी का कोई क्वेश्चन हो साढ़े दोवे चो कमेंट जरूर कर दौ ठीक है। असी कोशिश करूँगे वो आंसर देने थोनों ठीक है। सैकेंड राउंड स्टार्ट करते हैं। ट्रुथ और डेयर होंगे वैसे बट ट्रुथ और पनिशमेंट चलूगी इतने यस ठीक है। डेयर नहीं असं थोड़ा पनिशमेंट देंगे जो आंसर ना ओके। एक ऐसी गल जी तुम मैं चाहते हुए भी नहीं दसी बहुत गलियां ਜਿਹਦੇ ਘਰ ਦੀ ਕੋਈ ਪਰਸਨਲ ਗੱਲ ਹੁੰਦੀ ਹੈ ਨਾ ਇਹ ਮੈਨੂੰ ਘੁਮਾ ਦਿੰਦੀ ਹੈ ਸੱਚੀ ਗੱਲ ਨਹੀਂ ਦੱਸਦੀ। ਅੱਛਾ ਨੈਕਸਟ ਕੁਐਸਚਨ ਇਸੇ ਬਾਰੇ ਹੈ ਸਾਡਾ ਠੀਕ ਹੈ। ਨੈਕਸਟ ਕੁਐਸਚਨ ਹੈ ਸਾਡਾ ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਮੈਨੂੰ ਅੱਧੀ ਸੱਚ ਤੇ ਅੱਧੀ ਬਣਾ ਕੇ ਦੱਸੀ ਹੋਵੇ ਕੋਈ ਇਹੋ ਜਿਹੀ ਗੱਲ ਜਿਹੜੀ ਅੱਧੀ ਸੱਚੀ ਦੱਸੀ ਹੋਵੇ ਅੱਧੀ ਖੁਦ ਹੀ ਬਣਾ ਦੀ ਵੀ ਹਾਂ ਇਹ ਭੜਕ ਜੂਗਾ बहुत गलियां चेते करके दसो यार खुला टाइम है रैपिड फायर राउंड नहीं है। उस दिन तुसी मैनूं मैं अपने घर गई हुई सीगी ते तुसी मैनूं कह रहे सीगे राम नाल आई ठीक है। ते मैं खुश हो गई घूमन लग गई चल भैया राम नाल जावाई घरे थोड़ा सडनली फोन आया मैं जो उहदे घरे बैठी सीगी आ जाओ हुण मैं तुहानूं कुछ कह रहा था ये वो फिर मैं तुहानूं की कह सीगा भी नहीं नहीं डैडी हुण आए खेतां चले गए सीगे डैडी खेतां नहीं गए सीगे डैडी घरे ते मैं तुहानूं दा दस्सी सीगी तुसी भड़को ना शांत हो जाओ बिकॉज भी तुम बड़ा गुस्सा कर रहे थे कि हूं तक नहीं आई है शाम होगी इन्नी होगी ये होगी फिर मैं थोड़ा झूठी कि नहीं भी पापा ना खेतों च गए हो या फिर आऊंगे फिर मैं छड़ आऊंगे फिर डैडी उस टाइम घरे ही सीगे फिर मैं आई घरे डैडी तार कड्डन लगे मैं डैडी हूं ही मैं दसदा आ ये बहुत लेट आई सी सवेर दी गई हुई सी मैं घरे मैं ना इहनूं फोन करिया चल आराम नाल आ जाइ कोई चक्कर नहीं है ठीक है बट एरा करके आई ठीक है। झूठी सो खा लेंदा कोई ओ नहीं है गल हूं एकदम मैं कह नहीं सकता बट हां मतलब गल प्रोपरली मैं याद नहीं बट कई गल झूठी सो खाई है क्योंकि ये भड़क जाती है फिर लड़ाई हो जाती है इसनू ना इनू टालन लई थोड़ा जा ता करके मैनू थोड़ा इहदा हाइपर ना थोड़ा डाउन करना पैंदा है माइंड ठीक है। नैक्सट क्वेश्चन वल चलिए नहीं साडी लड़ाई हो जानी है इसदे कोई है जा नंबर जेड़ा तुसी फोन च सेव करया बट ओ नाम किसी होर तो सेव करया ओ मैनू ना पता होवे चलिए ठीक है। दिल दिया गल्ला ठीक है डीप हार्टेड गल्ला।
अच्छा कोई एक पर्सन जिन्हों तुसी चाहते हो भी वो वीडियो ना ही देखे तो वधिया कोई एक नाम मैं तो यही चाहवांगी कि सारे मेरी वीडियो वॉच करो ते मचो जिन्ना मच सकते हो मचो मैं और कुछ नहीं कहना एंजॉय करो मचो जेड़े मतलब कि जेलस फील करते हो छोड़ो कोई प्रॉब्लम नहीं आएगी मैंने सारे वॉच करो ऐसी कोई ड्रेस या सूट तुसी कैरी करना चाहते हो बट किसी रीजन करके नहीं कर पा रहे ਜਿਹੜਾ ਮੈਂ ਹੁਣ ਬਰਾਤ ਵਾਸਤੇ ਸੂਟ ਲਿਆ ਨਾ ਮੈਂ ਚਾਹੁੰਦੀ ਸੀ ਉਹਦੇ ਨੀਚੇ ਨਾ ਸਲਵਾਰ ਹੋਵੇ ਉਹਦੇ ਨੀਚੇ ਨਾ ਪਲਾਜ਼ੋ ਮਿਲਿਆ ਮੈਨੂੰ ਤਾਂ ਉਹਨੂੰ ਚੇਂਜ ਕਰਨਾ ਹੈ ਸਲਵਾਰ ਲੈ ਕੇ ਆਣੀ ਕੀ ਕਰਨਾ ਨਹੀਂ ਹੁਣ ਮੈਂ ਪਲਾਜ਼ੋ ਹੀ ਪਾ ਲਾਂਗੀ ਕੋਈ ਚੱਕਰ ਨਹੀਂ ਚੱਲ ਜੂ ਕੰਮ ਜਦੋਂ ਤੁਹਾਡੇ ਕੋਲ ਕੋਈ ਨਹੀਂ ਹੁੰਦਾ ਆਸ-ਪਾਸ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ ਜਾਂ ਕਰਦੇ ਹੋ ਮੈਂ ਪੂਰੀ ਫੁੱਲ ਆਵਾਜ਼ ਦੇ ਵਿੱਚ ਗਾਣੇ ਲਗਾ ਕੇ ਪੂਰਾ ਡਾਂਸ ਸ਼ਾਂਸ ਕਰਨਾ ਚਾਹਾਂਗੀ ਡਾਂਸ ਵੀ ਨਾ ਹੋਏ ਪੂਰੀ ਵੋਲਿਊਮ ਹਾਈ ਕਰਕੇ ਗਾਣੇ ਸੁਣਨੇ ਪਸੰਦ ਕਰਾਂਗੀ ਤੇ ਜੇ ਕੋਈ ਕੰਮ ਹੈ ਤਾਂ ਨਾਲ ਦੀ ਨਾਲ ਮੋਬਾਈਲ ਪੂਰੇ ਗਾਣੇ ਤੇ ਰਿਪੀਟ ਤੇ ਰਿਪੀਟ ਲਗਾ ਕੇ ਆਪਣਾ ਆਰਾਮ ਨਾਲ ਘੜੀ ਚਾਹ ਕੇ ਕੋਈ ਮਜ਼ਾ ਮਰੀ ਹੈ ਕੋਈ ਪਰਵਾਹ ਨਹੀਂ ਹੈਗੀ ਪੂਰਾ ਇੰਜੋਏ ਆਪਣਾ ਇੱਕ ਸਵੇਰ ਆਈ ਹੋਵੇ ਜਿਹਦੇ ਤੁਸੀਂ ਕੀ ਕੀ ਚੇਂਜ ਕਰਨਾ ਚਾਹੁੰਦੇ ਹੋ ਐਸੇ ਤਾਂ ਠੀਕ ਹੈ ਕੁਝ ਐਡ ਕੁਝ ਐਦਾਂ ਹੋਣਾ ਚਾਹੀਦਾ ਕਿ ਇਹੇ ਜੀ ਸਵੇਰ ਆਏ ਜਿਹੜੀ ਸਾਡੀ ਲਾਈਫ ਨੂੰ ਚੇਂਜ ਕਰ ਦੇ ਮਤਲਬ ਕਿ ਚੇਂਜਸ ਜਿਹੜੀ ਸਾਡੀ ਬੈਡ ਹੈਬਿਟਸ ਨੇ ਉਹ ਗੁੱਡ ਹੈਬਿਟਸ ਹੋ ਜਾਣ ਤੇ ਮੈਂ ਚੇਂਜਸ ਤਾਂ ਕੁਛ ਨਹੀਂ ਕਰਨਾ ਚਾਹਾਂਗੇ ਆਪਣੀ ਸਵੇਰ ਵਧੀਆ ਉੱਠੋ ਨਹਾਓ ਧੋ ਦੋ ਘੜੀ ਰੱਬ ਦਾ ਨਾਮ ਲਓ ਫਿਰ ਸੋ ਜਾਓ ਫਿਰ ਕੰਮ ਕਰਦੇ ਲਓ ਜੇ ਸਾਡੀ ਲਾਈਫ ਵਧੀਆ ਆ ਥੋੜੀ ਆਲਸ ਵਗੈਰਾ ਕੱਢਣਾ ਚਾਹਾਂਗੀ ਤੇ ਜੇ ਬੰਦਾ ਸੋਚੇ ਵੀ ਬੰਦੇ ਦਾ ਕਈ ਵਾਰ ਦਿਲ ਨਹੀਂ ਕਰਦਾ ਉੱਠਣ ਦਾ ਵੀ ਫਿਰ ਮੈਨੂੰ ਐ ਹੋਵੇ ਕਿ ਮੈਂ ਰੈਸਟ ਮਿਲ ਜੇ ਆਰਾਮ ਨਾਲ ਉੱਠਾ ਤੇ ਬਸ ਜਲਦਬਾਜ਼ੀ ਨਾ ਹੋਵੇ ਲਾਈਫ ਦੇ ਵਿੱਚ ਐ ਹੁੰਦਾ ਹੁਣ ਦੇ ਸੈਕਿੰਡ ਰਾਊਂਡ ਤੇ ਤੁਹਾਡੀ ਪਨਿਸ਼ਮੈਂਟ ਬਾਕੀ ਆ ਇਸ ਰਾਊਂਡ ਦਾ ਤੁਹਾਡਾ ਗਿਫਟ ਬਾਕੀ ਆ ਤੇ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਹਾਂਜੀ ਸੋ ਤੁਸੀਂ ਦੇਖਿਆ ਸਾਰਿਆਂ ਨੇ ਕਿ ਅੱਜ ਸਰਦਾਰ ਜੀ ਨੇ ਮੇਰੇ ਨਾਲ ਚੈਲੰਜ ਖੇਲਿਆ ਸੀਗਾ ਤੇ ਮੈਂ ਚੈਲੰਜ ਨੂੰ ਬੜੇ ਕੌਨਫੀਡੈਂਸ ਨਾਲ ਸੋਰੀ ਸਾਰੇ ਕੁਐਸਚਨ ਦਿੱਤੇ ਆ ਮੈਂ ਇੰਜੋਏ ਕਰਿਆ ਬਹੁਤ ਹਾਂਜੀ ਤੇ ਹੁਣ ਮੈਂ 2 ਰਾਊਂਡ ਵਿਨਰ ਕੀਤੀ ਸੀਗੀ ਤੇ ਇੱਕ ਰਾਊਂਡ ਦਾ ਇੱਕ ਕੁਐਸਚਨ ਹਾਂ ਉਹਦੇ ਕਰਕੇ ਇਹਦੀ ਪਨਿਸ਼ਮੈਂਟ ਸੀ ਇੱਕ ਰਾਊਂਡ ਦਾ ਇੱਕ ਕੁਐਸਚਨ ਜਿਹੜਾ ਮੈਂ ਨਹੀਂ ਦੱਸ ਪਾਈ ਤੇ ਦੱਸਣਾ ਥੋੜਾ ਡਿਫਿਕਲਟ ਸੀਗਾ ਤੇ ਹੁਣ ਇਹਨੂੰ ਪਤਾ ਨਹੀਂ ਹੈਗਾ ਇਹਦਾ ਗਿਫਟ ਕੀ ਹੈ ਤੇ ਹੁਣ ਜਾਨ ਇਹਦਾ ਆ ਗਿਫਟ ਇੱਕ ਠੀਕ ਹੈ ਜੀ ਮੇਰੇ ਫੇਵਰਿਟ ਬਿਸਕਿਟ ਫਸਟ ਰਾਊਂਡ ਹੈ ਫਸਟ ਰਾਊਂਡ ਮੇਰੇ ਫੇਵਰਿਟ ਬਿਸਕਿਟ ਹੈ ਫਿਰ ਉਹਨੇ ਕੀ ਪੈਂਡਿੰਗ ਹੈ ਪਨਿਸ਼ਮੈਂਟ ਇਹਦੀ ਇਹ ਹੈ ਵੀ ਵਿਆਹ ਤੱਕ ਇਹਦਾ ਫਾਸਟ ਫੂਡ ਬੰਦ ਹੈ ਹਾਂਜੀ ਜਦ ਤੱਕ ਵਿਆਹ ਆ ਕੰਪਲੀਟ ਨਹੀਂ ਹੋ ਜਾਂਦਾ ਉਦੋਂ ਤੱਕ ਇਹਦਾ ਫਾਸਟ ਫੂਡ ਜਮਾ ਬੰਦ ਹੈ ਇਹਨੂੰ ਕੁਝ ਨਹੀਂ ਖਾਣਾ ਬੰਦ ਹੈ ਆਨਸਰ ਦਿੱਤਾ ਤੇ ਮੇਰਾ ਫਾਸਟ ਫੂਡ ਬੰਦ ਬਿਲਕੁਲ ਬੰਦ ਹੈ ਇਹ ਗਰੰਟੀ ਆ ਵੀ ਆਪਾਂ ਜੋ ਪਨਿਸ਼ਮੈਂਟ ਪੂਰੀ ਕਰਾਉਂਗੇ ਫਾਸਟ ਫੂਡ ਦਾ ਜਮਾ ਬੰਦ ਰੱਖੂਗੇ ਵਿਆਹ ਤੱਕ ਦੱਸਿਓ ਅੱਜ ਦਾ ਵਲੌਗ ਕਿੱਦਾਂ ਲੱਗਿਆ ਇੰਜੋਏ ਕੀਤਾ ਨਹੀਂ ਕੀਤਾ ਤੁਸੀਂ ਠੀਕ ਹੈ ਤੇ ਹੁਣ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਖਿੱਚੇ ਤੇ ਹੁਣ ਵੀਡੀਓ ਨੇ ਆਪਾਂ ਕਰਾਂਗੇ ਇੱਥੇ ਐਂਡ ਜਿਨ੍ਹਾਂ ਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਇਆ ਹੋਵੇ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੂੰ ਨਹੀਂ ਆਇਆ ਉਹ ਵੀ ਕਰ ਲਓ ਤੇ ਜਿਹੜੇ ਸਾਡੇ ਅਗਲਾ ਵਲੌਗ ਆ ਜਾਊਗਾ ਉਹਨਾਂ ਨੂੰ ਪਸੰਦ ਜਿਹੜੇ ਸਾਡੀ ਵੀਡੀਓ ਤੇ ਅੱਜ ਨਏ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸੋਰੀ ਸਾਡੇ ਚੈਨਲ ਤੇ ਨਵੇਂ ਨੇ ਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟਾ ਘੰਟਾ ਵੀ ਟਨ 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 ਕਰਕੇ ਬੈਲ ਬੈਲ ਆਈਕਨ ਆਨ ਕਰ ਲਿਓ ਪਿਛਲੀ ਵੀਡੀਓ ਜ਼ਰੂਰ ਚੈੱਕ ਕਰਿਆ ਕਰੋ ਜਿਨ੍ਹਾਂ ਨਹੀਂ ਦੇਖੀ ਹੋਈ ਸਾਰੇ ਵਲੌਗ ਦੇਖਿਆ ਕਰੋ ਠੀਕ ਹੈ ਇੰਟਰਸਟਿੰਗ ਲੱਗੂਗੇ ਤੁਹਾਨੂੰ ਵੀਡੀਓ ਨੂੰ ਵਲੌਗ ਨੂੰ ਇੱਥੇ ਹੀ ਕਰਦੇ ਆ ਐਂਡ ਮਿਲੂਗੇ ਤੁਹਾਨੂੰ ਨਏ ਵਲੌਗ 'ਚ ਗੁੱਡ ਨਾਈਟ ਟੇਕ ਕੇਅਰ ਬਾਏ